ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਨੇ, ਪਰ ਇਸ ਦੇ ਚੱਲਦੇ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਹੈ। ਆਖਰੀ ਦਿਨ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਆਪਣਾ ਨੋਮੀਨੇਸ਼ਨ ਫਾਈਲ ਕਰਨ ਪਹੁੰਚੇ ਨੇ, ਪਰ ਇਹ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਰਹੇ ਹੋ ਲੁਧਿਆਣਾ ਤੋਂ ਆਈਆਂ ਨੇ, ਜਿੱਥੇ ਅੱਜ ਵੀ ਲੋਕ ਨਾਮਜ਼ਦਗੀ ਪੱਤਰ ਦਾਖਲ ਕਰਨ ਆਏ ਨੇ, ਪਰ ਇਸ ਦੌਰਾਨ ਲੋਕ ਖੱਜਲ ਖੁਆਰ ਹੁੰਦੇ ਵੀ ਨਜ਼ਰ ਆਏ ਨੇ। ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਕਰਮਚਾਰੀਆਂ ਵੱਲੋਂ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਜਿਸ ਦੇ ਚੱਲਦੇ ਉਹ ਖੱਜਲ ਖੁਆਰ ਹੋਏ ਨੇ। ਜਾਣਕਾਰੀ ਮੁਤਾਬਿਕ ਅੱਜ ਨੋਮੀਨੇਸ਼ਨ ਫਾਈਲ ਕਰਨ ਦਾ ਆਖਰੀ ਦਿਨ ਹੈ ਤੇ ਆਖਰੀ ਦਿਨ ਵੀ ਲੋਕ ਵੱਡੀ ਗਿਣਤੀ ਦੇ ਵਿੱਚ BDPO ਦਫ਼ਤਰ ਪਹੁੰਚੇ, ਜਿੱਥੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਿਕ 15 ਅਕਤੂਬਰ ਨੂੰ ਵੋਟਿੰਗ ਹੋਣੀ ਹੈ ਪੰਚਾਇਤੀ ਚੋਣਾਂ ਲਈ। ਨੋਮੀਨੇਸ਼ਨ ਭਰਨ ਦਾ ਅੱਜ ਆਖਰੀ ਦਿਨ ਹੈ। ਵੱਡੀ ਗਿਣਤੀ ਦੇ ਵਿੱਚ ਅੱਜ ਵੀ ਨੋਮੀਨੇਸ਼ਨ ਭਰੇ ਜਾ ਰਹੇ ਨੇ। ਵਿਰੋਧੀ ਪਾਰਟੀਆਂ ਵੱਲੋਂ ਉਮੀਦਵਾਰਾਂ ਨੂੰ ਨਾਮਜ਼ਦਗੀ ਯਕੀਨੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ 15 ਅਕਤੂਬਰ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਹੀ ਨਤੀਜਿਆਂ ਦਾ ਐਲਾਨ ਹੋਵੇਗਾ, ਪਰ ਅੱਜ ਨੋਮੀਨੇਸ਼ਨ ਫਾਈਲ ਕਰਨ ਦਾ ਆਖਰੀ ਦਿਨ ਹੈ। ਆਖਰੀ ਦਿਨ ਵੀ ਲੋਕ ਖੱਜਲ ਖੁਆਰ ਹੁੰਦੇ ਨਜ਼ਰ ਆਏ ਨੇ। ਇਸ ਮੌਕੇ BDPO ਦਫ਼ਤਰ ਚ ਪਹੁੰਚੇ ਲੋਕਾਂ ਦਾ ਕੀ ਕਹਿਣਾ, ਤੁਸੀਂ ਖੁਦ ਹੀ ਸੁਣੋ। ਸਰਪੰਚ ਨਹੀਂ ਖੜੇ ਆ ਰਹੇ, ਨਵੇਂ ਅਜੇ ਕੋਈ ਫਾਰਮ ਨਹੀਂ ਲੈ ਰਹੇ, ਖੜੇ ਆ। ਸਰਪੰਚ ਨਹੀਂ ਖੜੀ ਆ, ਆਏ ਸਵੇਰ ਦੇ ਆਏ ਆ। ਕੋਈ ਕੋਈ ਵੀ ਨਹੀਂ, ਅਜੇ ਗਾਹ ਲੰਘਣ ਨਹੀਂ ਦਿੰਦੇ, ਅਜੇ ਤੇ ਗੱਲਬਾਤ ਕਾਹਦੀ ਦੱਸ ਗਏ। ਨਹੀਂ ਤੇ ਜਿੱਦਾਂ ਦੋ ਦਿਨ ਛੁੱਟੀਆਂ ਰਹੀਆਂ ਵਿੱਚ, ਤੁਹਾਨੂੰ ਲੱਗਦਾ ਵੀ ਦਿਨ ਹੋਰ ਦੇਣੇ ਚਾਹੀਦੇ ਸੀ? ਅੱਜ ਹੁਣ ਕਿੰਨਿਆਂ ਕਦੇ ਹੋਣੇ, ਕਾਗਜ਼ ਜ਼ਿਆਦੇ ਆ ਪੂਰੇ, ਉਹਨੇ ਲੰਘਣ ਨਹੀਂ ਦਿੰਦੇ ਇੱਥੋਂ ਗਾਹ ਗਏ ਬਣੇ ਤੇ ਕਾਗਜ਼ ਪੂਰਾ ਟਾਈਮ ਦਿੱਤਾ ਜੀ ਉਹਨਾਂ ਨੇ। ਹਾਂਜੀ ਪੂਰਾ ਟਾਈਮ ਦਿੱਤਾ ਹੋਇਆ ਜੀ ਉਹਨਾਂ ਨੇ ਜੀ। ਹੁਣ ਕਿਹੜੇ ਟਾਈਮ 'ਤੇ ਜਮ੍ਹਾਂ ਕਰਾਵਾਂ, ਕਿਹੜੇ ਟਾਈਮ 'ਤੇ ਸਾਨੂੰ ਰਸੀਦ ਦਿਓਗੇ ਜੀ, ਦੱਸੋ ਜੀ ਸਾਨੂੰ। ਕਾਗਜ਼ 'ਤੇ ਖੜੇ ਹੋਏ ਲਾਈਨ 'ਚ ਲੱਗ ਕੇ ਜੀ, ਅੰਦਰ ਜਾਣ ਨਹੀਂ ਦਿੰਦੇ ਪਏ, 7 ਵਜੇ ਆਏ ਖੜੇ ਹੋਏ ਇੱਥੇ ਜੀ। ਉਹ ਕਹਿੰਦੇ ਆਏ ਨਹੀਂ ਹਜੇ ਤੱਕ, ਅੰਦਰ ਨਹੀਂ ਬੈਠੇ ਜੀ ਕਹਿੰਦੇ ਜੀ। ਨਹੀਂ ਕਹਿੰਦੇ ਆਏ ਨਹੀਂ ਹਜੇ, ਲਾਸਟ ਡਰ ਫੁੱਲ ਹੈ ਜੀ ਡਰ। ਚਾਹੀਦੇ ਜੀ ਜਿਹੜੇ 3-4 ਸੁੱਟੇ ਦਿੱਤੇ ਉਹ ਦਿਨ ਮਿਲਣੇ ਚਾਹੀਦੇ ਸੀ ਸਾਨੂੰ ਜੀ। ਜਾਣ ਨਹੀਂ ਦਿੰਦੇ ਪਏ ਜੀ, ਨਾ ਫਾਰਮ ਫੜਦੇ ਪਏ ਜੀ। ਸਾਨੂੰ ਕੋਈ ਤਾਂ ਦੱਸਣਾ, ਇਹਨਾਂ ਨੇ ਹੁਣ ਆ ਕੇ ਦੱਸਿਆ ਵੀ ਨਵੇਂ ਬੰਦਿਆਂ ਨੂੰ NOC ਦੀ ਲੋੜ ਨਹੀਂ, ਜਦਕਿ ਸਾਨੂੰ 2 ਦਿਨ ਹੋ ਗਏ ਖੱਜਲ ਹੁੰਦਿਆਂ ਨੂੰ, ਸਾਡੀ ਇੱਕ ਵੀ NOC ਦਾ ਕਾਗਜ਼ ਬਾਹਰ ਨਹੀਂ ਨਿਕਲਿਆ। ਸਮਝੀਏ ਇਸ ਤੋਂ ਵੱਧ ਖੱਜਲ ਖਰਾਬੀ ਕੀ ਹੋਣੀ ਹੈ? ਬਾਹਰ ਲਿਖ ਕੇ ਲਾਇਆ ਜੀ, ਕੁਝ ਲਿਖ ਕੇ ਤਾਂ ਲਾਉਣ ਵੀ ਬੰਦੇ ਨੂੰ ਪਤਾ ਕਿਵੇਂ ਲੱਗੇਗਾ। ਸਾਰੇ ਬੰਦੇ ਵਿਚਾਰੇ ਸਵੇਰ ਦੇ ਭੁੱਖੇ ਪਾਣੇ ਆਏ ਹੋ, ਜੇ ਨਹੀਂ NOC ਲੋੜ ਨਾ ਕੋਈ ਬੰਦਾ ਮਿਲਦਾ, ਸਾਰੇ ਬੈਠੇ ਅੰਦਰ, ਪਰ ਮਿਲਣ ਦਾ ਟਾਈਮ ਨਹੀਂ ਕਿਸੇ ਕੋਲ ਜੀ। ਜੇ ਤੁਸੀਂ ਸੰਘੋਵਾਲ ਤੋਂ ਕਿਸੇ ਫੋਨ ਕਰਾ ਦੋਗੇ ਫਿਰ ਤੁਹਾਨੂੰ ਮਿਲਣਗੇ, ਅਦਰਵਾਈਜ਼ ਨਹੀਂ ਮਿਲਣਗੇ। ਉਦਾਂ ਨਹੀਂ, ਹਾਂਜੀ ਗੇਟ ਬੰਦ ਹੈ, ਇਹਨਾਂ ਦੱਸਦੇ ਪਏ ਆ ਘੱਟੋ ਘੱਟ ਲਿਖ ਕੇ ਤਾਂ ਲਾਉਣ, ਇਹਨਾਂ ਨੂੰ ਇੰਸਟਰਕਸ਼ਨ ਲਿਖ ਕੇ ਲਾਉਣੀ ਚਾਹੀਦੀ। ਜਿੰਨੇ ਸਪਾਸ ਪਿੰਡ ਵੀ ਹੋ ਜਾਂਦੇ ਪਏ ਬੰਦੇ ਅੰਦਰ ਦੀ, ਤੁਸੀਂ ਫੋਨ ਕਰਾ ਦੋਗੇ ਤਾਂ ਜਾਓਗੇ, ਨਹੀਂ ਤਾਂ ਨਹੀਂ ਜਾ ਸਕਦੇ। ਉਹਦਾ ਕੋਈ ਨਹੀਂ, ਆਹ ਦੇਖ ਲਓ ਤੁਹਾਡੇ ਸਾਹਮਣੇ ਖੜੇ ਬਾਰੀ, ਸਵੇਰ ਦੇ ਕੱਲ ਦੇ ਬੰਦੇ ਵਿਚਾਰੇ ਆਏ ਹੋਏ ਜੀ, ਇਹਨਾਂ ਨੂੰ ਘੱਟੋ ਘੱਟ ਲਿਖ ਕੇ ਤਾਂ ਲਾਉਣਾ ਚਾਹੀਦਾ। ਪੁਰਾਣੇ NOC ਲੋੜ ਹੈ ਨਹੀਂ, ਉਹ ਵੀ ਵਾਪਸ ਵੀ ਨਹੀਂ ਕਰ ਰਹੇ ਫਾਈਲਾਂ। ਨਾਲੇ ਗੇਟ ਲਾਉਣ ਦਾ ਕੀ ਫਰਜ਼ ਇਹਨਾਂ ਦਾ? ਤਰੀਕੇ ਤੋਂ ਹਾਂਜੀ, ਅਸੀਂ ਕੱਲ ਦੇ ਗੇੜੇ ਕੱਢੀ ਜਾਂਦੇ, ਅਫਸਰ ਆਏ ਹੋਏ ਆ ਸਵੇਰ ਦੇ, ਜਿਹੜੇ ਇਹਨਾਂ ਦੇ ਖਾਸ ਖਾਸ ਬੰਦੇ ਆ ਉਹਨਾਂ ਨੂੰ ਭੇਜ ਰਹੇ ਆ, ਤੇ ਮੇਰੇ ਕੋਲ ਸਾਰੇ ਪ੍ਰੂਫ ਵੀ ਇਹਨਾਂ ਦੇ, ਇਹਨਾਂ ਦੇ ਸਾਰੇ ਪ੍ਰੂਫ ਹੈ, ਇਹਨਾਂ ਨੇ ਕਿੰਨਾ ਤੋਂ ਕਿੱਥੇ ਕਿੱਥੇ ਕਿੰਨੇ ਕਿੰਨੇ ਪੈਸੇ ਲਿੱਤੇ, ਕਿਵੇਂ ਕਿਵੇਂ ਪੈਸੇ ਲਿੱਤੇ, ਉਹ ਸਾਰੇ ਪ੍ਰੂਫ ਹੈਗੇ ਸਾਡੇ ਕੋਲ। ਠੀਕ ਹੈ ਜੀ। ਉਹ ਯਾਰ ਸਾਡੇ ਤਾਂ ਕੱਲ੍ਹ ਦੇ ਪਿਆ ਦੱਸਿਆ ਜੀ ਕਿਸੇ ਨੂੰ, ਹੈ ਜੀ ਕਿਸੇ ਨੂੰ ਨਹੀਂ ਦੱਸਿਆ, ਖੱਜਲ ਖਰਾਬ ਹੋ ਰਹੇ ਹੋ।
ਤੁਸੀਂ ਪਹਿਲੀ ਵਾਰੀ ਭਰਨੀ ਆ? ਪਹਿਲੀ ਵਾਰੀ ਨਵੇਂ ਫਰੈਸ਼ ਆ ਜੀ। ਹੈ ਜੀ ਫਰੈਸ਼ ਆ ਨਵੇਂ ਨਵੇਂ ਹੋ? ਤੁਹਾਨੂੰ ਦੱਸਿਆ ਨਹੀਂ ਕਿਸੇ ਨੇ ਜਾਣਕਾਰੀ ਦੇ? ਸਵੇਰ ਦੇ 8 ਵਜੇ ਲੱਗੇ ਹੈ ਜੀ। 8 ਵਜੇ ਦੇ ਲੱਗੇ ਸਵੇਰੇ 8 ਵਜੇ ਦੇ ਲਾਈਨ 'ਚ ਲੱਗੇ ਹੋਏ ਹੋ? ਕੱਲ ਦੇ ਫਾਰਮ ਦਿੱਤੇ ਆ, ਕੱਲ ਦੇ ਫਾਰਮ ਨਹੀਂ ਫੜਦੇ ਪਏ ਜੀ ਕਈ ਦੇ। ਕੱਲ ਦੇ ਫਾਰਮ ਦਿੱਤੇ ਆ, ਨਹੀਂ ਫੜਦੇ ਪਏ ਫਾਰਮ ਦਿੱਤੇ ਫਾਰਮ। ਤੁਸੀਂ ਵੀ ਨਵੇਂ ਹੋ ਜੀ? ਨਵੇਂ ਜੀ। ਤੇ ਤੁਹਾਨੂੰ ਦੱਸਿਆ ਨਹੀਂ ਹੈਗਾ ਵੀ ਹੁਣ ਲੋੜ ਨਹੀਂ ਹੈਗੀਆਂ ਦੇ? ਕੁਛ ਨਹੀਂ ਦੱਸਿਆ। ਅਧਿਕਾਰੀ ਕਹਿ ਰਹੇ ਨੇ ਇਹਨਾਂ ਦੇ ਫੜਦੇ ਪਏ ਹੈਗੇ, ਕਿਸੇ ਤੇ ਵੀ ਫਾਰਮ ਫੜਦੇ ਪਏ ਹੈਗੇ। ਕੱਲ ਦੇ ਚਕਾਈ ਕੱਲ ਦਿੱਤਾ ਸੀ ਬੋਲੇ ਕਿ ਜਾਓ ਜੀ ਕੱਲ ਆਇਆ ਜੀ। ਕੱਲ ਪਹਿਲਾ ਫਾਰਮ ਫੜਨੇ ਬਾਅਦ ਚ ਤੁਸੀਂ ਵੀ ਨਵੇਂ ਹੋ ਬਾਈ ਜੀ? ਹਾਂਜੀ। ਫਿਰ ਇਹਨਾਂ ਨੇ ਲੇਡੀਜ਼ ਕਹਿੰਦਾ ਵੀ ਸਾਰੇ ਆਪੋ ਆਪਣੇ 5 ਕੈਂਡੀਡੇਟ ਲੈ ਕੇ ਆਓ। ਹਾਂਜੀ ਬਾਅਦ ਕੱਲੇ ਕੈਂਡੀਡੇਟ ਲਿਆਉਂਦੇ ਆ ਲੇਡੀਜ਼? ਨਹੀਂ ਤੁਸੀਂ ਨਵੇਂ ਹੋ ਮੈਮ, ਨਵੇਂ ਨਹੀਂ ਨਵਿਆਂ ਦੇ ਤਾਂ ਇਹਨਾਂ ਦੇ ਅਧਿਕਾਰੀ ਕਹਿੰਦੇ ਲੋੜ ਹੀ ਨਹੀਂ ਹੈਗੀ, ਇੱਕ ਵਾਰੀ ਪੁੱਛ ਲਓ, ਕਹਿੰਦੇ NOC ਦੀ ਲੋੜ ਨਹੀਂ ਹੈ। ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਲੋਕਾਂ ਦੀ ਸਹੂਲਤ ਵਾਸਤੇ ਔਰ ਰਸ਼ ਨੂੰ ਦੇਖਦੇ ਹੋਏ ਇਹ ਹਦਾਇਤ ਕੀਤੀ ਹੈ ਵੀ ਜੋ ਹਰੇਕ ਬੰਦੇ ਨੂੰ NOC ਦੀ ਲੋੜ ਨਹੀਂ, ਜਿਹੜਾ ਪੰਚ ਜਾਂ ਸਰਪੰਚ ਸੀਗਾ ਉਹਨਾਂ ਦੇ ਜਾਂ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਨੂੰ NOC ਵਗੈਰਾ ਲੈਣਾ ਪੈਂਦਾ। ਜਿਹੜੀ ਬਾਕੀ ਮੇਨ ਗੱਲ ਹੈਗੀ ਉਹ ਚੁੱਲ੍ਹਾ ਟੈਕਸ ਦੀ ਹੈ, ਉਹ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਸਾਡੇ ਸੈਕਟਰੀ ਸਾਰਿਆਂ ਨੂੰ ਕੱਟ ਕੇ ਦੇਈ ਜਾਂਦੇ ਆ, ਅਤੇ ਇਲੈਕਸ਼ਨ ਕਮਿਸ਼ਨ ਦੇ ਹਦਾਇਤ ਅਨੁਸਾਰ ਜਿਹੜੇ ਵੀ ਬੰਦੇ ਨੇ ਇਲੈਕਸ਼ਨ ਕੰਟੈਸਟ ਕਰਨਾ ਉਹ NOC ਤੋਂ ਬਿਨਾਂ ਆਪਣਾ ਐਫੀਡੈਵਿਟ ਵੀ ਫਾਈਲ ਕਰ ਸਕਦੇ ਹਨ। ਨਹੀਂ ਸਰ, ਔਨਲਾਈਨ ਇਹਦੀ ਹਜੇ ਤੱਕ ਤਾਂ ਕੋਈ ਸੁਵਿਧਾ ਹੈ ਨਹੀਂ, ਸਾਡੇ ਸੈਕਟਰੀ ਜਿਹੜੇ ਆ ਉਹ ਰਸੀਦ ਪੰਚਾਇਤ ਦੇ ਵਿੱਚ ਉਹਦੀ ਰਸੀਦ ਕੱਟ ਕੇ ਦਿੰਦੇ ਆ।